आभार मेर बेबे हाउस वाइफ नी फार्म ते मुर्गा ते फार्मर लाइफ नी। सो वेलकम बैक गाइस, के अंदर सब लोग बड़े सारे बढ़िया होंगे। फोर्ड लाउड एएफ, ठीक है। चलो स्टार्ट करते हैं। ट्रू स्कूल अमेजिंग है, घर नौजला फोर्ड सराया भी है इन्हें थोड़ा जा मेरा ललकारा ते फराटा फोड़दा, ठीक है। काफी उच्चा उच्च सुच विचार ने घर नौजले दे सुनते हैं, तो लेट्स स्टार्ट। अपनी बेस है यार, क्या क्लैरिटी है। ये म्यूजिक मिसिंग सी यार काफी टाइम तो पंजाबी इंडस्ट्री च। चंडीगढ़ बनी बैठे राजे गोरिए, सठ लख घोड़े उत्ते लाया सजरा, सठ लख घोड़े उत्ते लाया सजरा, भैली पटियाले हो गया करोड़दा। यार कंप्लीट फोक, मतलब 0% कोई अज की चीज यूज की गई है, कंप्लीटली फोक आ, ठीक है। गाना कोई बेस नहीं है, मतलब जिम्मे कह सकते बेस तो ठक ठक के एक वजन वाली ना, ढोलकी है, सिर्फ ढोलकी है। क्या बात है यार करन, क्या बात है। ट्रू स्कूल यार इदा लग रहा जिम्मे चमकीले ने ना रिफर्बिश्ड करके ना बड़ा सोहना क्लीन करके उदा गाना तो फिर किसी ने कढ़िया आ मतलब फिर तो मिक्स होया चमकीले का गाना, इदा दा म्यूजिक लग रहा। आओ बापू मेरा फार्मर बेबे हाउस वाइफ नी, सारे फार्म ते मुर्गा ते फार्मर लाइफ नी। आओ पुछ दिया भीम दे ड्राम कित्थों आए ने, आप दे जोगे तां असी मोटरां ते लाए ने। साउंड है यार, मतलब ऐसा लग ही नहीं है कि गाना प्रोसेस है, वोकल्स भी ऐसा लग रहे हैं बिल्कुल, मतलब ओरिजिनल वोकल्स है। एक मैं लाइव खड़ा सुन रहा कि खड़ा ऐसा फील हो रहा है यार मेरे गाने च। आओ मूरो जे कोई चौड़दा बंदूक लेके टकरे, आओ कहीं नाल पिंडा आले कर देंदे टकरे, आओ इना देखिया नी किन्ने मेरे हिस्से आए ने, किले चाहे थोड़े पर यार तांक माए ने। देखे आनी यार यहाँ च लौस गोरिए, नी यार ने अड़ाऊं दे तेरा यार जोड़दा। आओ देख लै नी बैरी दियां हिंटा तोड़दा, नी मेरा ललकारा ते फराटा फोड़दा। देख लै नी बैरी दियां हिंटा तोड़दा, नी मेरा ललकारा ते फराटा फोड़दा। उस तो पहला लाइन बोली कि जिंदगी दे हर एक हालात विचों लंघे आ,
ਮੈਨੂੰ ਲੱਗਦਾ ਨਹੀਂ ਇਸ ਗੱਲ ਨੂੰ ਬਹੁਤਾ ਐਕਸਪਲੇਨ ਕਰਨ ਦੀ ਲੋੜ ਆ। ਜਸਟ ਮੈਂ ਮੈਂਸ਼ਨ ਕਰਨਾ ਚਾਹੁੰਦਾ ਸੀਗਾ ਕਿ ਕਰਨ ਔਜਲੇ ਨੇ ਕਿੰਨੇ ਧਰਤੀ ਨਾਲ ਜੁੜੇ ਹੋਏ ਤੇ ਕਿੰਨੇ ਬਾਕਮਾਲ ਲਿਰਿਕਸ ਲਿਖੇ ਨੇ ਇਸ ਐਲਬਮ ਦੇ। ਆਈ ਡੋਂਟ ਨੋ ਵਾਈ ਟਰੂ ਸਕੂਲ ਤੇ ਕਰਨ ਔਜਲੇ ਨੇ ਸਟਾਰਟਿੰਗ 'ਚ ਉਹ ਕਿਉਂ ਕੀਤਾ ਜੋ ਸਟਾਰਟਿੰਗ 'ਚ ਕੀਤਾ। ਆਪਾਂ ਸਭ ਨੂੰ ਪਤਾ ਕਿ ਇੰਨਾ ਤਗੜੇ ਬੌਂਬਲਾਸ ਤੁਹਾਡੇ ਕੋਲ ਪਏ ਨੇ। ਚਲੋ ਛੱਡੋ ਬਿਨਾਂ ਗੱਲੋਂ ਕਿਸੇ ਨਾਲ ਹੱਸਦੇ ਨਾ ਦੰਦ ਨੀ ਜੱਟੀਆਂ ਨੇ ਬੰਦ ਨੀ ਤੇ ਚੁਗਲੀ ਪਸੰਦ ਨੀ ਆਓ ਹੱਥ ਨੀ ਮਣਾਉਂਦਾ ਬਿਨਾਂ ਗੱਲੋਂ ਆਓ ਜਲਾ ਨੀ ਜੀਨਾ ਨਾ ਪਿਆਰ ਮੈਂ ਕਿਹਾ ਨੀ ਮੋੜਦਾ ਆਓ ਦੇਖ ਲੈ ਨੀ ਬੈਰੀ ਦੀਆਂ ਹਿੰਟਾਂ ਤੋੜਦਾ ਨੀ ਮੇਰਾ ਲਲਕਾਰਾ ਤੇ ਪਰਾਟਾ ਫੋੜਦਾ ਦੇਖ ਲੈ ਨੀ ਬੈਰੀ ਦੀਆਂ ਹਿੰਟਾਂ ਤੋੜਦਾ ਨੀ ਮੇਰਾ ਲਲਕਾਰਾ ਤੇ ਪਰਾਟਾ ਫੋੜਦਾ ਕਿਆ ਬਾਤ ਹੈ ਯਾਰ। ਮੋਟਰ ਸਪੈਸ਼ਲ ਗਾਣਾ ਮਿਲ ਚੁੱਕਿਆ ਹੈ ਮੁਰਗੇ ਧਰ ਲਿੱਤੇ ਜਾਣ ਅਤੇ ਬੋਤਲਾਂ ਦੇ ਡੱਟ ਵੀ ਖੋਲ ਲਿੱਤੇ ਜਾਣ। ਠੀਕ ਹੈ ਇਹ ਗਾਣਾ ਬਹੁਤ ਜ਼ਿਆਦਾ ਇਹ ਗਾਣਾ ਵਿਆਹ ਵਿੱਚ ਵੱਜ ਰਿਹਾ ਹੈ ਅਤੇ ਕਿਆ ਬਾਤ ਹੈ ਕਿਆ ਬਾਤ ਹੈ। ਮਤਲਬ ਇੱਦਾਂ ਸੀਗਾ ਮੈਨੂੰ ਨਾ ਜਦੋਂ ਚੂਗਾ ਅੰਡੂ ਸੁਣਿਆ ਮੈਨੂੰ ਥੋੜ੍ਹੀ ਬਹੁਤੀ ਕਮੀ ਲੱਗੀ। ਮੈਂ ਕਿਹਾ ਚੱਲ ਕੋਈ ਗੱਲ ਨਹੀਂ ਠੀਕ ਹੈ ਅੱਗੇ ਸੁਣਦੇ ਹਾਂ। ਵੀ ਕਲਿੱਕ ਦੈਟ ਵੀ ਕਿਕਿੰਗ ਇਟ ਆਇਆ ਓਵਰਆਲ ਗਾਣਾ ਸਾਰਾ ਬਹੁਤ ਸੋਹਣਾ ਸੀਗਾ ਬਹੁਤ ਸੋਹਣੀ ਵੀਡੀਓ ਬਹੁਤ ਸੋਹਣੀ ਸਭ ਕੁਛ ਠੀਕ ਹੈ। ਥੋੜ੍ਹਾ ਜਿਹਾ ਮਿਊਜ਼ਿਕ ਕਲੀਨ ਹੋ ਸਕਦਾ ਸੀਗਾ। ਉਸ ਤੋਂ ਬਾਅਦ ਮੈਂ ਹੇਅਰ ਐਂਡ ਦੇਅਰ ਸੁਣਿਆ ਕਿਆ ਬਾਤ ਆ। ਹੇਅਰ ਐਂਡ ਦੇਅਰ 'ਚ ਇਹ ਪਤਾ ਲੱਗ ਗਿਆ ਸੀਗਾ ਕਿ ਐਲਬਮ ਬਹੁਤ ਘੈਂਟ ਹੋਣ ਵਾਲੀ ਆ। ਉਸ ਤੋਂ ਬਾਅਦ ਸੁਣਿਆ ਇਟਸ ਆਲ ਹਸਲ ਠੀਕ ਹੈ ਜਿਹੜਾ ਬਾਪੂ ਬਾਰੇ ਗੱਲਾਂ ਕੀਤੀਆਂ ਨੇ ਬਾਪੂ ਨੇ ਜੋ ਜੋ ਸਿਖਾਇਆ ਸੀਗਾ ਜ਼ਿੰਦਗੀ 'ਚ ਠੀਕ ਆ ਹਿੱਟ ਹੋਣ ਤੋਂ ਪਹਿਲਾਂ ਕਿ ਜੂਆ ਆ ਬਸ ਖੇਡਦਾ ਜਾ ਅਤੇ ਉਹ ਖੇਡਦਾ ਗਿਆ ਠੀਕ ਹੈ ਉਹ ਵੀ ਗੀਤ ਕਿਆ ਬਾਤ ਹੈ। ਉਸ ਗੀਤ 'ਚ ਕਰਨ ਔਜਲੇ ਨੇ ਆਪਣੀ ਲਿਖਣੀ ਦੀ ਪਾਵਰ ਦਿਖਾਈ ਆਪਣੀ ਸੋਚ ਦਿਖਾਈ। ਇਸ ਗਾਣੇ 'ਚ ਫੋਰਡ ਲਾਊਡ ਐਸ ਠੀਕ ਆ ਉਹ ਇਸ ਗੀਤ ਵਿੱਚ ਕਰਨ ਔਜਲੇ ਨੇ ਦਿਖਾਇਆ ਸ਼ਿਕਾਰੀਪੁਣਾ ਇੱਕ ਆਪਣਾ ਜਿਵੇਂ ਕਹਿੰਦੇ ਆ ਨਾ ਕਿ ਇੱਕ ਜੋ ਮੰਡੀਰਪੁਣਾ ਜੋ ਕਰਨ ਔਜਲੇ 'ਚ ਬਹੁਤ ਟਾਈਮ ਤੋਂ ਮਿਸਿੰਗ ਸੀਗਾ ਉਹ ਦਿਖਾਇਆ ਗਿਆ ਕਿਉਂਕਿ ਕਰਨ ਔਜਲੇ ਥੋੜ੍ਹਾ ਫੋਰਨ ਟੱਚ ਰੱਖਦਾ ਰਿਹਾ ਆਪਣੇ ਗੀਤਾਂ ਦੇ ਵਿੱਚ ਠੀਕ ਹੈ ਅਤੇ ਕਰਨ ਔਜਲੇ ਨੇ ਕਿ ਬਹੁਤ ਸੋਹਣੇ ਤਰੀਕੇ ਨਾਲ ਆਪਣੇ ਆਪ ਨੂੰ ਇੱਕ ਦੇਸੀ ਦਿਖਾਇਆ ਇੱਕ ਪਿੰਡ ਵਾਲਾ ਚੋਬਰ ਦਿਖਾਇਆ ਜਿਹੜਾ ਮੋਟਰ 'ਤੇ ਬੈਠਾ ਆ ਠੀਕ ਆ। ਇਹ ਚੀਜ਼ ਬਹੁਤ ਜ਼ਰੂਰੀ ਸੀ ਇੰਡਸਟਰੀ ਫੋਕ 'ਚੋਂ ਬਹੁਤ ਦੂਰ ਜਾ ਰਹੀ ਸੀਗੀ ਸਿਰਫ ਹਿਪ ਹੋਪ ਟ੍ਰੈਪ ਨਿਊ ਸਕੂਲ ਓਲਡ ਸਕੂਲ ਬਸ ਕੋਈ ਚੱਲ ਰਿਹਾ ਸੀਗਾ ਸਾਡੇ ਕੋਲ ਜੋ ਸਾਡਾ ਆਪਣਾ ਕਲਚਰ ਆ ਉਹ ਮਿਸਿੰਗ ਸੀਗਾ। ਹਮੇਸ਼ਾ ਜਿਹੜਾ ਵੀ ਪੁਰਾਣਾ ਬਜ਼ੁਰਗ ਆ ਉਹਨੂੰ ਇਹ ਗਾਣਾ ਸੁਣਾ ਦਿਉ ਉਹ ਇਹੀ ਕਹੇਗਾ ਕਿ ਕਿਆ ਬਾਤ ਆ ਵੀ ਕਿਆ ਬਾਤ ਆ ਮੁੰਡੇ ਨੇ ਬਹੁਤ ਸੋਹਣਾ ਗਾਇਆ। ਬਟ ਜੇ ਉਹਨੂੰ ਨਵਾਂ ਕੋਈ ਨਵਾਂ ਬਿਲਕੁਲ ਨਿਊ ਮਿਊਜ਼ਿਕ ਵਾਲਾ ਕੋਈ ਗਾਣਾ ਸੁਣਾ ਦਿੰਦਾ ਉਹ ਕਹੇਗਾ ਯਾਰ ਪਾਸੇ ਕਰ ਦਿੰਦਾ ਸ਼ੋਰ ਆ। ਕਿਉਂ? ਕਿਉਂਕਿ ਉਹ ਜੜ੍ਹਾਂ ਨਾਲ ਜੁੜੇ ਹੋਏ ਨੇ ਅਸੀਂ ਜੜ੍ਹਾਂ ਭੁੱਲਦੇ ਜਾ ਰਹੇ ਹਾਂ। ਜੇ ਆਪਾਂ ਜੜ੍ਹਾਂ ਭੁੱਲ ਜਾਵਾਂਗੇ ਅਤੇ ਜਾਂ ਜੜ੍ਹਾਂ ਖੋਖਲੀਆਂ ਰਹਿ ਜਾਣਗੀਆਂ ਅਤੇ ਦਰਖਤ ਬਹੁਤ ਦੂਰ ਤੱਕ ਜਾ ਨਹੀਂ ਪਾਊਗਾ ਦਰਖਤ ਨੂੰ ਉੱਲੀ ਜਾਂ ਛੇਤੀ ਲੱਗੂਗੀ ਮਤਲਬ ਜੋ ਤੁਸੀਂ ਸਮਝ ਸਕਦੇ ਹੋ। ਅਤੇ ਗੀਤ ਬਹੁਤ ਸੋਹਣਾ ਹੈ ਬਹੁਤ ਵਧੀਆ ਤਰੀਕੇ ਨਾਲ ਟਰੈਕ ਨੂੰ ਬਣਾਇਆ ਗਿਆ ਹੈ। ਇਸ ਤੋਂ ਵਧੀਆ ਫੋਕ ਟਰੈਕ ਪਿਛਲੇ 10 ਸਾਲਾਂ 'ਚ ਨਹੀਂ ਆਇਆ ਠੀਕ ਆ। ਦਲਜੀਤ ਦੀ ਐਲਬਮ ਆਈ ਸੀ ਉਦੋਂ ਬਹੁਤ ਸੋਹਣੇ ਉਦੋਂ ਟਰੂ ਸਕੂਲ ਦਾ ਮਿਊਜ਼ਿਕ ਸੀ ਬਹੁਤ ਸੋਹਣੇ ਫੋਕ ਟਰੈਕਸ ਆਏ ਸੀ ਉਹਦੇ ਵਿੱਚ ਵੀ ਟਿਪੋਹ ਦੀ ਰਾਤ ਵਗੈਰਾ ਸਭ ਨੇ ਸੁਣਿਆ ਆਪਾਂ ਗਾਣੇ ਉਹ। ਪਰ ਫਿਰ ਵੀ ਸਿਰਫ ਢੋਲਕੀ ਦੇ ਉੱਤੇ ਟਰੈਕ ਠੀਕ ਹੈ ਕੋਈ ਕਿੱਕ ਨਹੀਂ ਕੋਈ ਬੇਸ ਨਹੀਂ ਕੋਈ ਕੁਛ ਨਹੀਂ ਬਿਲਕੁਲ ਲਾਈਵ ਸਾਊਂਡ ਲਾਈਵ ਵਾਈਬ ਕਿਆ ਬਾਤ ਹੈ ਠੀਕ ਆ। ਅਤੇ ਮਤਲਬ ਮੇਰੇ ਕੋਲ ਕੋਈ ਜ਼ਿਆਦਾ ਸ਼ਬਦ ਹੈ ਨਹੀਂ ਕਿਉਂਕਿ ਟਰੈਕ ਖੁਦ ਬੋਲ ਰਿਹਾ ਉਹਦੇ 'ਚ ਜਿਹੜੀ ਤੁੰਬੀ ਵੱਜ ਰਹੀ ਜਿਹੜਾ ਹਾਰਮੋਨੀਅਮ ਵੱਜ ਰਿਹਾ ਉਹਨਾਂ 'ਚ ਰਿਵਰਬ ਹੈ ਨਹੀਂ ਯਾਰ ਉਹ ਲਾਈਵ ਸਾਊਂਡ ਕਰ ਰਹੇ ਨੇ ਉਹ ਇੰਨੇ ਕੁ ਵਧੀਆ ਤਰੀਕੇ ਨਾਲ ਲਾਈਵ ਰੱਖੇ ਨੇ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਲਾਈਵ ਸਾਊਂਡ ਦਾ ਮਜ਼ਾ ਆਉਂਦਾ ਇੱਕ ਉਹ ਲਾਈਵ ਸਾਊਂਡ ਦਾ ਮਜ਼ਾ ਇਸ ਗੀਤ ਦੇ ਵਿੱਚ। ਜਿਹੜਾ ਵੀ ਆਰਟਿਸਟ ਪੁਰਾਣਾ ਬੈਠਾ ਠੀਕ ਹੈ ਉਹ ਇਸ ਗੀਤ ਨੂੰ ਸੁਣ ਕੇ ਇਹ ਨਹੀਂ ਕਹਿ ਸਕਦਾ ਕਿ ਯਾਰ ਇਹ ਗੀਤ ਵਧੀਆ ਨਹੀਂ ਹੈਗਾ। ਇਹ ਬੰਬ ਹੈ ਇਹ ਗਾਣਾ ਜਿਹਨੂੰ ਕਹਿੰਦੇ ਨਾ ਇੱਕ ਬੌਂਬ BOMB ਠੀਕ ਆ। ਅਤੇ ਟਰੂ ਸਕੂਲ ਉਸਤਾਦ ਜੀ ਹੁਣ ਦੇਖਿਓ ਤੁਸੀਂ ਕਿੱਥੇ ਸੀਗੇ ਤੁਸੀਂ ਠੀਕ ਆ ਹੱਥ ਜੋੜਦੇ ਤੁਹਾਡੇ ਅੱਗੇ ਕਿੱਥੇ ਸੀ ਤੁਸੀਂ ਧੰਮੀ ਵੀਰੇ ਜੇ ਰਿਐਕਸ਼ਨ ਦੇਖ ਰਹੇ ਹੋ ਠੀਕ ਆ ਜ਼ਰੂਰ ਪੁੱਛੋ ਟਰੂ ਸਕੂਲ ਭਾਅ ਜੀ ਨੂੰ ਕਿ ਕਿੱਥੇ ਸੀਗੇ ਥੋੜ੍ਹੇ ਜਿਹੇ ਮਿਸਿੰਗ ਚੱਲ ਰਹੇ ਸੀਗੇ ਪਿਛਲੇ 2 ਗਾਣਿਆਂ ਤੋਂ। ਅਤੇ ਹੁਣ ਆਹ ਹੇਅਰ ਐਂਡ ਦੇ ਇਟਸ ਆਲ ਹਸਲ ਇਟਸ ਹਸਲ ਸੋਰੀ ਅਤੇ ਫੋਰਡ 'ਚ ਅਸਲੀ ਟਰੂ ਸਕੂਲ ਦੇਖਿਆ ਜੋ ਮੈਨੂੰ ਉਮੀਦ ਸੀਗੀ ਕਿ ਪਹਿਲੇ ਗਾਣੇ ਤੋਂ ਦੇਖੂਗਾ ਠੀਕ ਆ। ਅਤੇ ਬਹੁਤ ਬਹੁਤ ਘੈਂਟ ਗਾਣਾ ਬਹੁਤ ਸੋਹਣੀ ਐਲਬਮ ਚੱਲ ਰਹੀ ਆ ਅੱਗੇ ਗਾਣੇ ਪਏ ਨੇ 4-5 ਕਰਨ ਵਾਲੇ
ਤੇ ਚੱਲਦੇ ਆ। ਉਮੀਦ ਆ ਕੋਈ ਸੈਡ ਸੌਂਗ ਵੀ ਹੋਊਗਾ ਗੀਤ ਦੇ ਵਿੱਚ, ਆਪਾਂ ਨਹੀਂ ਸੁਣ, ਮੈਂ ਨਹੀਂ ਸੁਣ ਰਿਹਾ ਗੀਤ ਹੋਰ, ਠੀਕ ਆ। ਤੇ ਚਲੋ ਲੈਟਸ ਸਟਾਰਟ, ਅੱਗੇ ਅੱਗੇ ਕਰਦੇ ਰਹਾਂਗੇ ਗਾਣੇ, ਤੇ ਮਿਲਦੇ ਛੇਤੀ ਨਵੇਂ ਰਿਐਕਸ਼ਨ ਦੇ ਨਾਲ। ਸਤਿ ਸ਼੍ਰੀ ਅਕਾਲ।